ਮੌਸਮ ਵਿਭਾਗ ਵੱਲੋਂ ਪੰਜਾਬ ਸਮੇਤ ਉੱਤਰ ਭਾਰਤ ਦੇ ਵਿੱਚ ਮੀਂਹ ਦੀ ਚੇਤਾਵਨੀ ਦਿੱਤੀ ਗਈ। ਇਸ ਮੀਂਹ ਦੇ ਨਾਲ ਕਿਸਾਨਾਂ ਤੇ ਆੜ੍ਹਤੀਆਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਰਾਤ ਤੋਂ ਰੁਕ ਰੁਕ ਕੇ ਹੋ ਰਹੀ ਬਾਰਿਸ਼ ਨੇ ਏਸ਼ੀਆ ਦੀ ਦੂਜੇ ਨੰਬਰ ਦੀ ਜਾਣੀ ਜਾਂਦੀ ਨਾਭਾ ਦੀ ਅਨਾਜ ਮੰਡੀ ਵਿੱਚ ਖੁੱਲ੍ਹੇ ਆਸਮਾਨ ਹੇਠਾਂ ਪਈਆਂ 5 ਲੱਖ ਦੇ ਕਰੀਬ ਝੋਨੇ ਦੀਆਂ ਬੋਰੀਆਂ ਮੀਂਹ ਵਿੱਚ ਭਿੱਜ ਗਈਆਂ। ਜਿੱਥੇ ਆੜ੍ਹਤੀ ਸ਼ੈਲਰ ਮਾਲਕਾਂ ਅਤੇ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾ ਰਹੇ ਹਨ, ਉੱਥੇ ਕਿਸਾਨ ਵੀ ਸਰਕਾਰ ਨੂੰ ਦੋਸ਼ੀ ਠਹਿਰਾ ਰਹੇ ਹਨ, ਕਿਉਂਕਿ ਮੰਡੀ ਵਿੱਚ ਫਸਲ ਉਤਾਰਨ ਦੀ ਜਗ੍ਹਾ ਨਾ ਹੋਣ ਕਾਰਨ ਕਿਸਾਨ ਆਪਣੀ ਫਸਲ ਨੂੰ ਆਪਣੇ ਘਰ ਲਿਜਾਣ ਲਈ ਮਜਬੂਰ ਹਨ ਅਤੇ ਸਰਕਾਰ ਦੇ ਪ੍ਰਬੰਧਾਂ ਤੋਂ ਕਾਫ਼ੀ ਨਾਰਾਜ਼ ਹਨ। ਤਾਂ ਹੁਣ ਦੁਬਾਰੇ ਮੋੜ ਕੇ ਲੈ ਕੇ ਜਾਣੀ ਪੈਣੀ ਜੀ ਟਰਾਲੀ, ਸੈੱਡ ਸੁੱਟ ਥੱਲੇ ਜਗ੍ਹਾ ਕਿਤੇ ਵੀ ਹੈ ਨਹੀਂ ਜਾਂ ਹੋਰ ਕੁਛ ਵੀ ਨਹੀਂ ਜੀ। ਮੰਡੀ 'ਚ ਚੱਕਿਆ ਬੋਰੀਆਂ ਬਾਰਦਾਨਾ ਵੀ ਨਹੀਂ ਚੱਕਿਆ ਜਾ ਰਿਹਾ ਜੀ, ਇਹਦੇ ਕਰਕੇ ਬਹੁਤ ਦਿੱਕਤ ਆਉਂਦੀ ਹੈ ਜੀ। ਸਰਕਾਰ ਤਾਂ ਕਹਿੰਦੀ ਕਿਸੇ ਕਿਸਾਨ ਨੂੰ ਪੱਜਲ ਸਵਾਰ ਲਿਓ ਫੇਰ ਜੀ ਤੁਸੀਂ? ਨਹੀਂ ਜੀ, ਸਾਨੂੰ ਮੈਨੂੰ ਲੱਗਦਾ ਹੋ ਗਿਆ ਜੀ 8-8, 9-9 ਦਿਨ ਦੀ ਜੀਰੀ ਸਿੱਟੀ ਹੋਈ ਪਈ ਹੈ ਜੀ, ਉਹ ਵੀ ਨਹੀਂ ਵਿਕ ਰਹੀ ਜੀ। ਮੋਚਰ ਬਹੁਤ ਆ ਰਿਹਾ, 23-24 ਤੋਂ ਉੱਪਰ ਆ ਰਿਹਾ ਜੀ, ਉਹਦੀ ਵੀ ਕਾਟ ਲੱਗੂ ਕਹਿੰਦੇ ਜੀ। ਹੁਣ ਫਿਰ ਵੱਧ ਜੂਗਾ ਮੀਂਹ ਪੈ ਗਿਆ? ਹਾਂ ਜੀ, ਹੋਰ ਵੱਧ ਜਾਣਾ ਜੀ। ਫਿਰ ਹੁਣ ਤੁਹਾਡੇ ਕਿੰਨੇ ਕੁਆਂਟਲ ਹੁਣ ਦੁਬਾਰੇ ਫਿਰ ਭਿੱਜ ਗਈ ਹੋਣੀ? ਫਿਰ ਹੁਣ ਇਹ ਭਿੱਜ ਗਈ, ਆਹ ਟਰਾਲੀ ਭਿੱਜ ਗਈ ਜੀ, ਬਾਕੀ ਅੰਮ੍ਰਿਤਗੜ੍ਹ ਪਈ ਆ ਜੀ, ਉਹ ਵੀ ਉੱਥੇ ਬੁਰਾ ਹਾਲ ਹੈ ਜੀ, ਅੰਮ੍ਰਿਤਗੜ੍ਹੋਂ ਆਇਆ ਜੀ ਹੁਣ ਅਸੀਂ। ਹਾਂਜੀ ਹਾਂ ਜੀ ਹਾਂ, ਨਾਭੇ ਵਾਸਤੇ ਜੀ, ਉਰੇ ਵੀ ਕੋਈ ਪ੍ਰਬੰਧ ਨਹੀਂ ਕਹਿੰਦੇ ਜੀ। ਤੁਸੀਂ ਕੀ ਮੰਗ ਕਰਦੇ ਹੋ, ਕੀ ਕਿਸਾਨਾਂ ਦੇ ਵਾਸਤੇ ਹੋਣਾ ਚਾਹੀਦਾ, ਸਰਕਾਰ ਨੂੰ ਦੇਖਣਾ ਚਾਹੀਦਾ? ਮੰਗ ਤਾਂ ਇਹੀ ਕਰਦਾ ਜੀ, ਹੁਣ 16-17 ਮੋਚਰ ਤਾਂ ਆਉਣਾ ਚਾਹੀਦਾ ਜੀ, 16-17 ਰੱਖਣਾ ਚਾਹੀਦਾ ਜੀ, ਹੁਣ ਤਾਂ ਰੋਜ਼ ਤੋਂ ਰੋਜ਼ ਮੋਚਰ ਵਧਣਤੀ ਹੈ ਜੀ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਸਿੱਖ ਧਰਮ ਦੇ ਬਾਨੀ ਮਹਾਨ ਦਾਰਸ਼ਨਿਕ ਕੁੱਲ ਦੁਨੀਆ ਦੇ ਰਾਹ ਦਸੀਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀਆਂ ਸੰਸਾਰ ਭਰ ਦੇ ਕੋਨੇ ਕੋਨੇ ਵਿੱਚ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ। ਆਓ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ, ਕੁਦਰਤ ਬਚਾਈਏ ਅਤੇ ਮਨੁੱਖਤਾ ਦੇ ਹਾਨੀ ਬਣੀਏ। ਇਸ ਮਹਾਨ ਅਵਸਰ ਤੇ ਅਜੀਤ ਵੈਬ ਟੀਵੀ ਦੀ ਟੀਮ ਆਪਣੇ ਦਰਸ਼ਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਹੋਣ ਵਾਲੇ ਸਮਾਗਮਾਂ ਦੀ ਲਗਾਤਾਰ ਪੇਸ਼ਕਾਰੀ ਦਿਖਾ ਕੇ ਰੂਹਾਨੀਅਤ ਦੇ ਰੰਗ ਨਾਲ ਜੋੜੇਗੀ। ਸੋ ਲਗਾਤਾਰ ਵੇਖਦੇ ਰਹੋ ਅਜੀਤ ਵੈਬ ਟੀਵੀ। ਧੰਨ ਧੰਨਵਾਦ।